ਤੋਂ ਉਹਨਾਂ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ। ਦੱਸ ਦਈਏ ਟਾਕੀ ਸਾਹਿਬਾਂ ਦੇ ਸਰਪੰਚ ਗਗਨਦੀਪ ਸ਼ਰਮਾ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਮੁੜ ਕਾਂਗਰਸ ਦੇ ਵਿੱਚ ਵਾਪਸੀ ਕੀਤੀ ਗਈ ਹੈ ਅਤੇ ਇਸ ਮੌਕੇ 'ਤੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਸਰਪੰਚ ਗਗਨਦੀਪ ਸ਼ਰਮਾ ਦੇ ਵੱਲੋਂ ਇੱਕ ਬੈਠਕ ਬੁਲਾਈ ਗਈ ਜਿੱਥੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਭਰਵਾਂ ਸਵਾਗਤ ਜਿਹੜਾ ਹੈ ਉਹ ਕੀਤਾ ਗਿਆ ਅਤੇ ਇਸ ਮੌਕੇ 'ਤੇ ਸੁਖੀ ਰੰਧਾਵਾ ਨੇ ਵੀ ਗਗਨਦੀਪ ਸ਼ਰਮਾ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਜਦੋਂ ਅਜਿਹੇ ਮਜ਼ਬੂਤ ਲੋਕ ਪਾਰਟੀ ਦੇ ਵਿੱਚ ਕਦਮ ਰੱਖਦੇ ਨੇ ਤਾਂ ਪਾਰਟੀ ਦੀ ਮਜ਼ਬੂਤੀ ਜਿਹੜੀ ਹੈ ਉਹ ਬਣ ਜਾਂਦੀ ਹੈ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਵੱਡੀ ਲੀਡ ਦੇ ਨਾਲ ਜਿੱਤੇਗੀ ਅਤੇ ਲੋਕਾਂ ਦੀ ਜਿਹੜੀਆਂ ਤਮਾਮ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਵੀ ਕਰੇਗੀ ਅਤੇ ਇਸ ਮੌਕੇ 'ਤੇ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਜੁਆਇਨ ਕੀਤਾ ਸੀ ਤਾਂ ਜੋ ਉਹਨਾਂ ਦੇ ਸ਼ਹਿਰ ਦਾ ਪਠਾਨਕੋਟ ਦੇ ਲੋਕਾਂ ਦਾ ਭਲਾ ਹੋ ਸਕੇ, ਲੋਕਾਂ ਦੀ ਨੁਹਾਰ ਜਿਹੜੀ ਹੈ ਸ਼ਹਿਰ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਜਾ ਸਕੇ। ਪਰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ, ਸਗੋਂ ਸਾਡੇ ਪਰਿਵਾਰਾਂ 'ਤੇ ਝੂਠੇ ਪਰਚੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਦਰਜ ਕੀਤੇ ਗਏ। ਇਹ ਤਮਾਮ ਜਾਣਕਾਰੀ ਜਿਹੜੀ ਹੈ ਸਾਬਕਾ ਸਰਪੰਚ ਗਗਨਦੀਪ ਸ਼ਰਮਾ ਨੇ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਜੁੜਨ ਦੇ ਲਈ ਮੈਂ ਪੂਰਾ ਕੋਸ਼ਿਸ਼ ਜਿਹੜੀ ਹੈ ਆਪਣੀ ਕੀਤੀ ਹੈ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਇੱਥੋਂ ਲੋਕ ਜਿਹੜੇ ਨੇ, ਇੱਥੋਂ ਦੇ ਲੋਕ ਜਿਹੜੇ ਨੇ ਉਹ ਵੱਧ ਚੜ੍ਹ ਕੇ ਵੋਟ ਕਰਨਗੇ ਕਾਂਗਰਸ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਜਿਹੜੀ ਹੈ ਵੱਡੀ ਲੀਡ ਦੇ ਨਾਲ ਜਿੱਤ ਕੇ ਸਾਹਮਣੇ ਆਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਬੈਠਕ ਦੇ ਵਿੱਚ ਸਾਬਕਾ ਵਿਧਾਇਕ ਅਮਿਤ ਵਿਜ, ਸਾਬਕਾ ਮੰਤਰੀ ਰਮਨ ਭੱਲਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਅਭਿਯਮ ਸ਼ਰਮਾ, ਆਸ਼ੀਸ਼ ਵਿਜ ਅਤੇ ਵਿਧਾਇਕ ਨਰੇਸ਼ ਪੁਰੀ ਵੀ ਮੌਜੂਦ ਰਹੇ ਅਤੇ ਇਸ ਮੌਕੇ 'ਤੇ ਲੋਕਾਂ ਦੇ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਆਓ ਦੇਖ ਲੈਂਦੇ ਹਾਂ ਇਸ ਸਮੇਂ ਦੀ ਖਾਸ ਖਬਰ। ਮੈਂ ਬਦਲਾਵ ਦੇਖਣ ਗਿਆ ਸੀ, 2 ਸਾਲ ਦਾ ਸਰ ਬਦਲਾਵ ਦੇਖ ਲਿਆ ਅਤੇ ਜੋ ਅੱਤਿਆਚਾਰ ਸਾਡੇ ਪੂਰੇ ਇਲਾਕੇ ਨਾਲ ਹੋਇਆ ਸਰ, ਮੇਰੇ ਹਿਸਾਬ ਨਾਲ ਪਠਾਨਕੋਟ ਡਿਸਟ੍ਰਿਕਟ ਦਾ 20 ਤੋਂ 22 ਹਜ਼ਾਰ ਪਰਿਵਾਰ ਜੋ ਕ੍ਰੈਸ਼ਰ ਇੰਡਸਟਰੀ ਨਾਲ ਸੰਬੰਧਿਤ ਸੀਗਾ ਉਹ ਇਸ ਵੇਲੇ ਘਰ ਬੈਠਾ ਹੋਇਆ। ਤੁਸੀਂ ਜਿੰਨੀ ਮੇਰੇ ਨਾਲ ਪਿੰਡ ਜਾ ਕੇ ਪੁੱਛ ਲਓ ਵੀ ਹਰ ਬੰਦਾ ਸਾਡੇ ਨਾਲ ਕ੍ਰੈਸ਼ਰ ਇੰਡਸਟਰੀ ਨਾਲ ਜੁੜੇਗਾ ਸਰ, ਉਹਦੇ ਕੁਝ ਚੁੱਲ੍ਹਿਆਂ ਦੀ ਅੱਗ ਬੁੱਝ ਗਈ ਹੈ ਸਰ। ਮੇਰੇ ਅੱਜ ਵੀ ਮੈਂ ਇੰਨੀ ਗੱਲ ਆਪਣੇ ਲੈਟਰ ਪੈਡ 'ਤੇ ਲਿਖ ਕੇ ਦੇ ਸਕਣਾ ਹੈ ਵੀ ਜਦੋਂ ਦੀ 2 ਸਾਲ 'ਚ ਕਿਸੇ ਪੰਚਾਇਤ ਮੈਨੂੰ ਸ਼ੋਅ ਕਰਦੇ ਸਾਨੂੰ 5 ਰੁਪਏ ਗ੍ਰਾਂਟ ਆਈ ਆ ਅਤੇ ਕਾਂਗਰਸ ਪਾਰਟੀ ਦਾ ਹਜੇ ਵੀ ਸਾਡੇ ਕੋਲ ਫੰਡ ਬੈਲੈਂਸ ਪਿਆ ਹੋਇਆ, ਤੁਸੀਂ RTI ਪਾ ਕੇ ਮੰਗਾ ਸਕਦੇ ਹੋ, ਮੈਂ ਵਿਦ ਪਰੂਫ ਬੈਂਕ ਸਟੇਟਮੈਂਟ ਵੀ ਕਢਵਾ ਕੇ ਦੇ ਸਕਦਾ ਹਾਂ। ਕਿਉਂਕਿ ਜੀ ਤੁਸੀਂ ਵਿਧਾਨ ਸਭਾ ਦੇ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸੀ ਪਠਾਨਕੋਟ ਹਲਕੇ ਤੋਂ ਢਾਕੀ ਪਿੰਡ ਤੋਂ, ਹੁਣ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਹੈ ਕੀ ਟਾਰਗੇਟ ਰਹੇਗਾ ਤੁਹਾਡਾ? ਸਰ ਹੁਣ ਲੜਾਈ ਹੈ ਹੀ ਕਿਸੇ ਨਾਲ, ਅਸੀਂ ਇਕੱਲੇ ਰਹਿ ਗਏ ਹਾਂ ਜੀ, ਅਸੀਂ ਤਾਂ ਅੱਗੇ ਹੀ ਅੱਗੇ ਹਾਂ ਜੀ ਅਤੇ 2027 ਦੇ ਵਿੱਚ ਅਮਿਤ ਵਿਜ ਜੀ ਨਾਲ ਚੱਲਣਾ ਹੈ ਰੱਜ ਕੇ, ਜੇ 20,000 ਪਲੱਸ ਵੋਟ ਤੋਂ ਅਸੀਂ ਨਾ ਜਿੱਤੇ ਅਤੇ ਅਸੀਂ ਫਿਰ ਇੱਥੇ ਬਹਿ ਕੇ ਵਾਈਟ ਕਰਾਂਗੇ, ਮੇਰਾ ਦੇ ਨਾਲ ਪ੍ਰੋਮਿਸ ਹੈ ਜੀ। ਮੈਂ ਸਭ ਤੋਂ ਪਹਿਲੇ ਤਾਂ ਰੰਧਾਵਾ ਸਾਹਿਬ ਦਾ, ਸਾਡੇ ਮੈਂਬਰ ਆਫ ਪਾਰਲੀਮੈਂਟ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਸਪੈਸ਼ਲੀ ਟਾਈਮ ਕੱਢ ਕੇ ਢਾਕੀ ਸਾਹਿਬ ਪਿੰਡ ਆਏ ਨੇ, ਔਰ ਸਾਡਾ ਤਾਂ ਭਰਾ ਹੀ ਹੈ ਜੀ, ਗੱਗੀ ਕਹਿੰਦੇ ਹਾਂ ਇਹਨਾਂ ਨੂੰ ਪਿਆਰ ਨਾਲ। ਔਰ ਮੈਂ 22 ਦੀ ਗੱਲ ਕਰਾਂ ਜੀ, ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿੰਦਾ ਕਿ 22 ਨਾ ਇੱਕ ਇਹੋ ਜਿਹਾ ਮਾਹੌਲ ਬਣਿਆ ਸੀ ਪੂਰੇ ਪੰਜਾਬ ਦਾ, ਉਹਦੇ ਵਿੱਚ ਵੱਡੇ ਲੀਡਰਸ਼ਿਪ ਹੀ ਨਹੀਂ ਕੰਟਰੋਲ 'ਚ ਆਈ, ਲੋਕਾਂ ਨੂੰ ਇੱਕ ਇਹੋ ਜਿਹੀ ਫੀਲਿੰਗ ਆਈ ਕਿ ਪਤਾ ਨਹੀਂ ਕੀ ਚੀਜ਼ ਆ ਰਹੀ ਹੈ ਜਿਹੜੀ ਪੰਜਾਬ ਨੂੰ ਬਦਲ ਦੇਗੀ, ਜਿਹੜੀ ਜ਼ਮੀਨ 'ਤੇ ਚੀਜ਼ਾਂ ਬਦਲ ਦੇਗੀ, ਜਿਹੜੀ ਕਰਪਸ਼ਨ ਖਤਮ ਕਰ ਦੇਗੀ। ਮੈਂ ਕਿਸੇ ਦੀ ਗਲਤੀ ਨਹੀਂ ਕਹਿੰਦਾ, ਉਸੀ ਉਮੀਦ ਵਿੱਚ ਕਈ ਲੋਕ ਸਾਡੇ ਪਾਰਟੀ ਤੋਂ, ਜਿਸ ਤਰ੍ਹਾਂ ਗੱਗੀ ਜੀ ਵੀ ਹੈ, ਇਹ ਵੀ ਇਸ ਸੋਚ 'ਚ ਗਏ ਸੀ ਕਿ ਯੂਥ ਦਾ ਭਲਾ ਹੋਏਗਾ, ਠੀਕ ਹੈ ਗੱਗੀ ਜੀ, ਇੰਡਸਟਰੀ ਦਾ ਭਲਾ ਹੋਏਗਾ, ਲੋਕਾਂ ਦਾ ਭਲਾ ਹੋਏਗਾ, ਅਤੇ ਉਸ ਸੋਚ ਨਾਲ ਪੰਜਾਬ ਦੇ ਲੋਕਾਂ ਨੇ ਵੀ ਵੋਟ ਪਾਇਆ ਔਰ 92 MLA ਜਿਤਾਏ ਔਰ ਸਰਕਾਰ ਵੀ ਲੈ ਕੇ ਆਏ। ਅਤੇ ਮੈਂ ਲੋਕਾਂ ਦੀ ਬਿਲਕੁਲ ਗਲਤੀ ਨਹੀਂ ਕਹਿੰਦਾ, ਇੱਕ ਬਦਲਾਵ ਦੀ ਗੱਲ ਸੀ।
ਬੇਸਿਕਲੀ ਪਾਰਟੀਜ਼ ਨੂੰ ਪਿੱਛੇ ਕਰਕੇ ਲੋਕ ਇੱਕ ਵਾਰੀ ਚੇਂਜ ਕਰਨਾ ਚਾਹੁੰਦੇ ਸੀ, ਮਗਰ ਜੋ 2.25 ਸਾਲ 'ਚ ਇਕੱਲਾ ਸਾਡਾ ਭਰਾ ਗੱਗੀ ਨਹੀਂ ਹੈ, ਜੋ 2.25 ਸਾਲ ਵਿੱਚ ਕਾਰਿਆਸ਼ੈਲੀ ਰਹੀ ਹੈ ਆਮ ਆਦਮੀ ਪਾਰਟੀ ਦੀ, ਬਿਲਕੁਲ ਜ਼ਮੀਨ 'ਤੇ ਜੁੜੇ ਦੇ ਨਹੀਂ ਹੈ, ਪੰਜਾਬ ਦਾ ਕੁਛ ਪਤਾ ਨਹੀਂ ਹੈ, ਅਹੰਕਾਰ ਪੂਰਾ ਆਗੇ ਦਾ। ਉਸ ਲੋਕਾਂ ਨੂੰ ਪਾਵਰ ਮਿਲ ਗਈ ਦੀ ਹੈ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੀ ਇਹ ਨਹੀਂ ਸੀ ਸੋਚਿਆ ਕਿ ਸਰਪੰਚ ਬਣਾਂਗੇ ਜਾਂ ਕਾਰਪੋਰੇਸ਼ਨ ਦਾ ਇਲੈਕਸ਼ਨ ਵੀ ਜਿੱਤਾਂਗੇ। ਜਦੋਂ ਪਾਵਰ ਆਈ, ਲੋਕ ਅੱਛੀ ਨੀਅਤ ਨਾਲ ਜੁੜੇ ਸੀ ਇਸ ਪਾਰਟੀ ਨਾਲ, ਮਗਰ ਐਰੋਗੈਂਸ ਇੰਨੀ ਕਿ ਜਿੰਨਾ ਨਾਰਾਜ਼ ਹੋ ਗਏ, ਜਿੱਦਾਂ ਗੱਗੀ ਜੀ ਨਾਲ ਹੀ ਨਾਰਾਜ਼ ਹੋ ਗਏ, ਇਹਨਾਂ 'ਤੇ ਪਰਚਾ ਪੂਰੇ ਪਰਿਵਾਰ 'ਤੇ ਪਰਚਾ। ਮੈਂ ਤੁਹਾਨੂੰ ਇੱਕ ਵਾਰੀ ਰਿਕੁਐਸਟ ਕਰਾਂਗਾ, ਵੈਸੇ ਮੈਂ ਤਾਂ ਨਹੀਂ ਕਹਾਂਗਾ ਕਿ ਮੈਂ ਅੰਕਲ ਦੀ ਇਹਨਾਂ ਦੇ ਫਾਦਰ ਸਾਹਿਬ ਦੀ ਕਿਸੇ ਨੂੰ ਫੋਟੋ ਦਿਖਾਈਏ, ਮਗਰ ਇੱਕ ਵਾਰੀ ਦੇਖਣਾ, ਸਟੰਟ ਪਏਦੇ ਨੇ, ਸੋਟੀ ਲੈ ਕੇ ਚੱਲਦੇ ਨੇ, ਹੁਣ ਉਹਨਾਂ ਦੇ ਉੱਪਰ ਮਾਈਨਿੰਗ ਦਾ ਕ੍ਰਸ਼ਰ 'ਤੇ ਉਹ ਜਾ ਹੀ ਨਹੀਂ ਸਕਦੇ, ਮਾਈਨਿੰਗ ਦਾ ਪਰਚਾ। ਤਾਂ ਮੈਨੂੰ ਲੱਗਦਾ ਕਿ ਲੋਕਾਂ ਦੇ ਇੱਕਦਮ ਵਿਪਰੀਤ ਕੰਮ ਹੋ ਰਹੇ ਨੇ, ਤਹਿਸੀਲਾਂ 'ਚ ਕਰਪਸ਼ਨ ਹੋ ਰਹੀ ਹੈ, ਕ੍ਰਸ਼ਰ ਇੰਡਸਟਰੀ ਖਤਮ ਹੋ ਗਈ ਹੈ, ਹਜ਼ਾਰ ਰੁਪਏ ਦੇ ਵਾਅਦਾ ਕਰਕੇ ਲੇਡੀਜ਼ ਨੂੰ ਵੋਟ ਪਾਏ, ਪੰਜਾਬ ਨੂੰ ਕਰਜ਼ੇ 'ਚ ਹੋਰ ਜ਼ਿਆਦਾ ਡੁਬੋਤਾ, ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ, ਇਹ ਯੂਥ ਨੇ ਇਹੀ ਦੱਸਣਗੇ, ਡਰੱਗਸ ਦਾ ਬੁਰਾ ਹਾਲ ਹੈ, ਕੋਈ ਕੰਟਰੋਲ ਨਹੀਂ ਹੈ। ਅਤੇ ਇਸ ਕਾਰਨ ਮੈਨੂੰ ਲੱਗਦਾ ਕਿ ਸਾਰੇ ਲੋਕ ਜਿਹੜੇ ਇੱਕ ਉਮੀਦ ਨਾਲ ਪੰਜਾਬ ਵਾਸਤੇ, ਪੰਜਾਬ ਨੂੰ ਖੁਸ਼ਹਾਲ ਕਰਨ ਵਾਸਤੇ ਜਿਹੜਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀ, ਮੈਨੂੰ ਤਾਂ ਰੰਗਲਾ ਪੰਜਾਬ ਲੱਗਦਾ ਨਹੀਂ, ਪੰਜਾਬ ਨੂੰ ਹੀ ਲਾਲ ਕਰਤਾ ਇਹਨਾਂ ਨੇ। ਅਤੇ ਉਸ ਉਮੀਦ ਨਾਲ ਜਿਹੜੇ ਲੋਕ ਗਏ ਸੀ, ਉੱਥੋਂ ਇੱਕਦਮ ਡਿਸਇਲੂਜਨਡ ਹੋ ਕੇ, ਹਤਾਸ਼ ਹੋ ਕੇ, ਔਰ ਆਪਣੀ ਉਮੀਦਾਂ ਜਿਹੜੀਆਂ ਇੱਕਦਮ ਚੱਕਣਾ ਚੂਰ ਹੋ ਗਈਆਂ, ਉਹਨਾਂ ਨੂੰ ਦੇਖਦੇ ਪੰਜਾਬ ਦੀ ਬਿਹਤਰੀ ਕਰਕੇ, ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ। ਅਤੇ ਇਹਨਾਂ ਨੂੰ ਵੀ ਸਮਝ ਲੱਗੀ ਸਾਰਿਆਂ ਨੂੰ ਕਿ ਪੰਜਾਬ ਦੀ ਬਿਹਤਰੀ ਸਿਰਫ ਕਾਂਗਰਸ ਪਾਰਟੀ ਦੇ ਹੱਥ 'ਚ ਹੀ ਹੈ, ਜਿਹਦੇ ਵਿੱਚ ਐਕਸਪੀਰੀਅੰਸ ਲੀਡਰ ਨੇ ਅਤੇ ਸਾਰੇ ਲੋਕ ਵਾਪਸ ਆਏ ਨੇ। ਮੈਂ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਕਰਨਾ ਆਪਣੀ ਟੀਮ ਨੂੰ ਵੀ, ਕਾਂਗਰਸ ਦਾ ਮੈਂ ਟ੍ਰੇਅਰਰ ਵੀ ਹਾਂ ਪੰਜਾਬ ਕਾਂਗਰਸ ਦਾ, ਅਤੇ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿੰਦਾ ਕਿ ਬਾਈ ਭੁੱਲ ਕੇ ਜੋ ਲੋਕ ਇੱਕ ਉਮੀਦ ਨਾਲ ਦੂਸਰੀ ਪਾਰਟੀਆਂ 'ਚ ਗਏ ਸੀ, ਵਾਪਸ ਆਉਂਦੇ ਨੇ, ਉਹਨਾਂ ਨੂੰ ਦਿਲ ਨਾਲ ਗਲੇ ਲਗਾਓ, ਤਾਂ ਕਿ ਵਾਪਸ ਅਸੀਂ ਕੰਮ ਕਰਕੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ। ਤੁਸੀਂ 5 ਸਾਲ ਦਾ ਕਾਰਿਆਕਾਲ ਸਾਡਾ ਦੇਖਿਆ ਜੀ, ਲੋਕ ਮੂੰਹੋਂ ਬੋਲਦੇ ਸੀ, ਅਸੀਂ ਕੰਮ ਕਰਦੇ ਸੀ, ਕ੍ਰਸ਼ਰ ਇੰਡਸਟਰੀ ਆਰਾਮ ਨਾਲ ਚੱਲੀ, ਲੋਕਾਂ ਦੇ ਘਰ ਆਰਾਮ ਨਾਲ ਚੱਲੇ, ਕਿਸੇ ਦੇ ਘਰ ਕਿਸੇ ਦਾ ਫਜ਼ੂਲ ਦਾ ਪਰਚਾ ਨਹੀਂ ਹੋਇਆ, ਜੇ ਕੋਈ ਇਲੀਗਲ ਕੰਮ ਕਰਦਾ ਰਿਹਾ ਤਾਂ ਅਫਸਰਾਂ ਨੇ ਉਹਨਾਂ ਨੂੰ ਪਹਿਲੇ ਆ ਕੇ ਵਾਰਨ ਕੀਤਾ। ਕਦੀ ਕਦੀ ਕੀ ਹੁੰਦਾ ਸਾਹਿਬ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਇਲੀਗਲ ਕਰ ਰਹੇ ਹੋ, ਕੋਈ ਆ ਕੇ ਦੱਸੇਗਾ ਤਾਂ ਪਤਾ ਚੱਲੇਗਾ ਨਾ ਇਲੀਗਲ ਕਰ ਰਹੇ ਹੋ, ਮਗਰ ਇੱਕ ਪਰਚਾ ਹੁੰਦਾ ਨਾ ਸਾਹਿਬ, ਇਕੱਲਾ ਆਦਮੀ 'ਤੇ ਪਰਚਾ ਨਹੀਂ ਹੁੰਦਾ, ਸਭ ਤੋਂ ਪਹਿਲੇ ਉਹਦੀ ਵੋਟੀ 'ਤੇ ਪਰਚਾ ਹੁੰਦਾ, ਫਿਰ ਸਕੂਲ 'ਚ ਬੱਚੇ ਹੁੰਦੇ ਨੇ, ਫਿਰ ਸਕੂਲ ਦੇ ਬੱਚੇ ਜਿਹੜੇ ਪੜ੍ਹ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਸੋਸ਼ਲ ਸਟਿਗਮਾ ਹੁੰਦਾ, ਉਹ ਬੱਚਿਆਂ ਦੇ ਪਰਚਾ ਹੁੰਦਾ, ਫਿਰ ਜਿਹੜੇ ਪੇਰੈਂਟਸ ਬਿਮਾਰ ਹੁੰਦੇ ਨੇ ਉਹਨਾਂ ਦੇ ਉੱਪਰ ਪਰਚਾ ਹੁੰਦਾ, ਅਤੇ ਇੱਕ ਬੰਦੇ 'ਤੇ ਪਰਚਾ ਨਹੀਂ ਹੁੰਦਾ, ਪੂਰੇ ਪਰਿਵਾਰ 'ਤੇ, ਅਤੇ ਰੂਰਲ ਲੋਕ ਤਾਂ ਆਉਂ ਜੁੜੇ ਨੇ, ਪੂਰੀ ਪੰਚਾਇਤ 'ਤੇ ਪਰਚਾ ਹੁੰਦਾ, ਜਨਾਨੀਆਂ ਵੀ ਰੋ ਰਹੀਆਂ ਸੀ। ਅਤੇ ਮੈਂ ਇਹੀ ਕਹਾਂਗਾ ਆਮ ਆਦਮੀ ਪਾਰਟੀ ਨੂੰ, ਵੈਸੇ ਤਾਂ ਹੁਣ ਸਮਝਾਉਣ ਦੀ ਕੋਈ ਲੋੜ ਹੀ ਨਹੀਂ ਹੈ, ਲੋਕ ਵੈਸੇ ਹੀ ਇਹਨਾਂ ਤੋਂ ਖਿਸਕ ਗਏ ਦੇ ਨੇ। ਗੱਗੀ ਜੀ ਦਾ ਮੈਂ ਬਹੁਤ ਥੈਂਕਸ ਕਰਨਾ ਕਿ ਵਾਪਸ ਕਾਂਗਰਸ 'ਚ ਆਏ ਨੇ, ਅਤੇ ਇਹਨਾਂ ਨੂੰ ਉਮੀਦ ਦਿਲਵਾਉਣਾ। ਔਰ ਗੱਗੀ ਜੀ, ਅਸੀਂ ਵੀ ਗਲਤ ਦਾ ਕਦੀ ਸਾਥ ਨਹੀਂ ਦਿੱਤਾ, ਜੋ ਰੰਧਾਵਾ ਸਾਹਿਬ ਸਟੇਜ 'ਤੇ ਬੋਲ ਕੇ ਗਏ ਨੇ, ਇਨਕੁਆਇਰੀ ਕਰਾਵਾਂਗੇ, ਔਰ ਤੁਹਾਨੂੰ ਮੈਂ 100% ਕਹਿੰਦਾ ਕਿ ਇਨਕੁਆਇਰੀ 'ਚ ਇੱਕਦਮ ਮੈਂ ਕਲੀਨ ਨਿਕਲਣਗੇ, ਅਤੇ ਪਰਚਾ ਵੀ ਇਹਨਾਂ ਦਾ ਰੱਦ ਹੋਏਗਾ। ਠੀਕ, ਮੈਨੂੰ ਦੱਸੋ ਕਿ ਲਾਅ ਐਂਡ ਆਰਡਰ ਕਿੱਥੇ ਆ, ਕੋਈ ਪਰਸ ਆਪਣੇ ਪਾ ਕੇ ਨਹੀਂ ਜਾ ਸਕਦੀ, ਚੇਨੀ ਨਹੀਂ ਪਾ ਕੇ ਜਾ ਸਕਦੀ, ਜਿੰਨੀਆਂ ਸਨੈਚਿੰਗ 'ਤੇ ਜਾਂ ਜੋ ਲਾਅ ਐਂਡ ਆਰਡਰ ਦਾ ਜੋ ਪੰਜਾਬ 'ਚ ਬੁਰਾ ਹਾਲ ਆ, ਕਿੱਥੇ ਨਹੀਂ ਬੁਰਾ ਹਾਲ। ਅਤੇ ਦੂਸਰੀ ਚੀਜ਼, ਇੱਥੋਂ ਦੀ ਜਿਹੜੀ ਇੰਡਸਟਰੀ ਆ, ਜਿਹੜੀ ਕ੍ਰੈਸ਼ਰ ਇੰਡਸਟਰੀ ਆ, ਉਹ ਬਿਲਕੁਲ ਫੇਲ ਹੋ ਗਈ ਉਹਨਾਂ ਦੇ ਝੂਠੇ ਕਿਸਮ, ਉਹਨਾਂ ਦੇ ਆ ਜਿਹੜਾ ਉਹਦੇ ਫਾਦਰ ਹੈ ਗੱਗੀ ਦੇ,
ਯਾਰ 6 ਸਟੰਟ ਪਏ ਹੁਣ, ਪੈਰਾਲਾਈਜ਼ ਬੰਦਾ ਹੋਇਆ ਹੋਏ ਅਤੇ ਉਹਦੇ ਉੱਤੇ ਕੇਸ ਪਤਾ ਨਹੀਂ ਕਿੰਨੇ ਕੁ ਬਣਾਏ ਹੋਣ। ਇਹਦਾ ਮਤਲਬ ਕਿ ਪੰਜਾਬ 'ਚ ਕਾਨੂੰਨ ਨਾਂ ਦੀ ਵਿਵਸਥਾ ਨਾਂ ਦੀ ਗੱਲ ਹੀ ਕੋਈ ਨਹੀਂ। ਉੱਥੇ ਮੈਂ ਕਿਹਾ ਔਰ ਹਿੰਦੁਸਤਾਨ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਅੱਜ ਤੱਕ ਪਾਕਿਸਤਾਨ 'ਚ ਨਹੀਂ ਬੋਲੇ, ਅੱਜ ਤੱਕ 10 ਸਾਲ ਦੇ ਵਿੱਚ ਚਾਈਨਾ 'ਚ ਨਹੀਂ ਬੋਲੇ, ਅੱਜ ਤੱਕ ਜੋ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਉਹਦੇ 'ਤੇ ਨਹੀਂ ਬੋਲੇ, ਅੱਜ ਤੱਕ ਜੋ ਪੁਲਵਾਮਾ 'ਚ ਹਮਲਾ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਕੀ ਉਹਦੇ ਸੀ ਉਹਦੇ 'ਤੇ ਨਹੀਂ ਆਈ। ਅੱਜ ਤੱਕ ਇਹ ਨਹੀਂ ਕਿਹਾ ਕਿ ਜਿਹੜੀਆਂ ਬੇਟੀਆਂ ਦਾ ਮੰਗਲ ਸੂਤਰ ਉੱਤਰ ਗਏ ਨੇ ਉਹਨਾਂ ਬਾਰੇ ਉਹਨਾਂ ਨੂੰ ਜਵਾਬ ਦੇਣਾ, ਮੈਂ ਉਹਨਾਂ ਦਾ ਸਵਾਲ ਕਰਨਾ ਸਾਡਾ ਹੱਕ ਹੈ ਅਤੇ ਉਹਨਾਂ ਦਾ ਜਵਾਬ ਦੇ ਕੇ ਉਹਨਾਂ ਜਾਣ। ਦੋ ਵਾਰੀ ਗੁਰਦਾਸਪੁਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਆ ਗਏ, ਇੱਕ ਵਾਰੀ ਗੁਰਦਾਸਪੁਰ ਲਈ ਪਠਾਨਕੋਟ ਲਈ ਕੋਈ ਪੈਕੇਜ ਕੋਈ ਗੱਲ ਕੋਈ ਇਹੋ ਜਿਹੀ ਨਹੀਂ ਕਰਕੇ ਗਏ ਕਿ ਮੈਂ ਔਰ ਇੱਕ ਕਲੀ ਮੈਂ ਕਲੀ ਗੁਰਦਾਸਪੁਰ ਲਈ ਪੂਰੇ ਪੰਜਾਬ ਲਈ ਅੱਜ ਤੱਕ ਬੀਜੇਪੀ ਨੇ ਇੱਕ ਚੀਜ਼ ਨਹੀਂ ਦਿੱਤੀ ਉਹਦੇ ਬਾਰੇ ਜਿਹੜੀ ਹੈਗੀ। ਉਲਟਾ ਕਿਸਾਨਾਂ ਨੂੰ ਅੱਤਵਾਦੀ ਅਲੱਗਵਾਦੀ ਵੱਖਵਾਦੀ ਇਹ ਕਿਹਾ ਗਿਆ ਔਰ ਜੇ ਪ੍ਰਧਾਨ ਮੰਤਰੀ ਸੋਚਣ ਤਾਂ ਅਸੀਂ ਬਾਰਡਰ ਦੇ ਉੱਤੇ ਬੈਠੇ ਹਾਂ। ਸਰ ਪਠਾਨਕੋਟ ਦੇ ਨਾਲ ਛੰਨੀਵੇਲੀ ਲੱਗਦਾ ਹੈਗਾ, ਮੰਤਰੀ ਸਾਹਿਬ ਖੁਦ ਇੱਥੇ ਦੇ ਆ ਗਏ ਪਠਾਨਕੋਟ ਦੇ, ਨਸ਼ੇ ਨੂੰ ਨਕੇਲ ਨਹੀਂ ਪਾਏਗੀ, ਕੀ ਕਹਿਣਾ ਇਸ ਬਾਰੇ? ਇਹ ਤਾਂ ਮੈਂ ਤਾਂ ਪਹਿਲਾਂ ਹੀ ਕਹਿ ਤਾ ਯਾਰ, ਤੂੰ ਹੀ ਮੇਰੇ ਕੋਲ ਦੁਬਾਰਾ ਪੁੱਛਿਆ, ਮੈਂ ਨਸ਼ੇ ਦੀ ਗੱਲ ਹੀ ਕਰ ਰਿਹਾ, ਉਸ ਮੰਤਰੀ ਦਾ ਧਿਆਨ ਹੀ ਨਹੀਂ। ਤੁਸੀਂ ਮੇਰੇ ਨਾਲ ਚੱਲਿਓ ਯਾਰ, ਅੱਜ ਮੈਂ ਉੱਥੋਂ ਹੋ ਕੇ ਆਇਆ ਕਿਸ਼ਨ ਚਾਹੇ ਆਪਣੇ ਉਹਨਾਂ ਦੇ ਆਪਣੇ ਸੰਜੀਵ ਬੈਂਸ ਹੋਣਾ ਦੇ ਕਿਸ਼ਨ ਚੰਦ ਬੈਂਸ ਹੋਣਾ ਦੇ ਪਿੰਡ ਜਾ ਕੇ ਆਇਆ, ਉੱਥੇ ਕੋਈ ਰਸਤਾ ਹੈਗਾ? ਪੂਰੇ ਜਿਹੜਾ ਪੁਆਈ ਏਰੀਆ ਕੋਈ ਮੈਨੂੰ ਸੜਕ ਦੱਸ ਦੇ। ਉਹ ਕਹਿੰਦੇ ਹੁੰਦੇ ਨਾ ਸੜਕ ਦੇ, ਕਹਿੰਦੇ ਹੁੰਦੇ ਕਿ ਸੜਕ 'ਚ ਟੋਏ ਨੇ, ਉੱਥੇ ਟੋਇਆਂ 'ਚ ਸੜਕ ਆ, ਅਤੇ ਮੰਤਰੀ ਨੂੰ ਦਿਸਦਾ ਹੀ ਨਹੀਂ। 2 ਸਾਲ ਤੋਂ ਮੰਤਰੀ ਹੋਵੇ ਅਤੇ ਪਹਿਲੇ ਦਿਨ ਮੈਂ ਪਹਿਲੀ ਵਾਰ ਜਦੋਂ 2002 'ਚ MLA ਬਣਿਆ, ਇਹਨੂੰ ਮੈਂ ਦੱਸਦਾ ਕਿ ਕੰਮ ਕਿਵੇਂ ਕਰੀਦੇ ਆ। ਅਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਨੂੰ ਜਿਹੜੇ ਉੱਥੇ ਜਾਂਦੇ ਸੀ, ਉੱਥੇ ਰਸਤਾ ਨਹੀਂ, ਮੈਂ ਪਹਿਲਾ ਰਸਤਾ 100 ਫੁੱਟ ਦਾ 3 ਮਹੀਨੇ 'ਚ ਮਨਜ਼ੂਰ ਕਰਕੇ ਅਤੇ ਡੇਰਾ ਬਾਬਾ ਨਾਨਕ ਦਾ ਰਸਤਾ ਸਟਾਰਟ ਕਰ ਦਿੱਤਾ। ਅਤੇ ਸਾਰੀਆਂ ਸੜਕਾਂ ਤੁਸੀਂ ਅੱਜ ਵੀ ਕਿਤੇ ਜਾ ਕੇ ਮਿਲੋਗੇ, ਬਟਾਲਾ ਰਮਦਾਸ ਰੋਡ ਦੇ ਵਿੱਚੋਂ ਦੀ ਲੰਘਿਆ ਨਹੀਂ ਸੀ ਜਾਂਦਾ, ਅਤੇ ਲੋਕ ਸਾਈਕਲ 'ਤੇ ਵੀ ਜਾਣਾ ਪ੍ਰੈਫਰ ਨਹੀਂ ਸੀ ਕਰਦੇ, ਅਤੇ ਮੈਂ 7 ਮਹੀਨਿਆਂ ਦੇ ਵਿੱਚ ਵਿੱਚ ਉਹ ਸੜਕ ਬਣਾ ਦਿੱਤੀ ਸੀ। ਯਾਰ ਇਹ ਤਾਂ 2 ਸਾਲ ਤੋਂ ਬੈਠਾ, ਅਤੇ ਪੰਜਾਬ ਇਹ ਦੱਸੇ ਕਿ ਪੰਜਾਬ ਗਵਰਨਮੈਂਟ ਨੇ ਕੀਤਾ ਕੀ ਆ, ਇਹ ਚੀਜ਼ਾਂ ਇਹਨੂੰ ਦੱਸਣੀਆਂ। ਮੈਂ ਇਹ ਤਾਂ ਹੀ ਮੈਂ ਕਹਿ ਰਿਹਾ ਕਿ ਇਹ ਜਿਹੜਾ ਜਿਹੜਾ ਬ੍ਰਿਜ ਹੈ ਉਹਦੇ 'ਤੇ ਜਿਹੜੇ ਪੰਜਾਬ ਸਰਕਾਰ ਨੇ ਮੇਰੇ ਖਿਆਲ ਪੈਸੇ ਨਹੀਂ ਭੇਜੇ, ਥੋੜ੍ਹਾ ਤਾਂ ਬਣੇ ਇਹ ਜਿਹੜੇ ਹੋਣਗੇ, ਜੇ ਨਾ ਪੰਜਾਬ ਸਰਕਾਰ ਕਿਤੇ ਬਣੀ ਦੇਵੇਗੀ, ਜਿਹੜਾ ਪ੍ਰਮਾਤਮਾ ਕਿਰਪਾ ਕਰੇਗਾ ਉਹਨਾਂ ਪੈਸੇ 'ਚ ਬ੍ਰਿਜ ਜਿਹੜਾ ਤਿਆਰ ਕੀਤਾ ਜਾਏਗਾ। ਪਾਣੀ ਵਾਲੀ ਜਿਹੜੀ ਗੱਲ ਹੈ, ਮੈਂ ਤੇ ਤ੍ਰਿਪਤ ਬਾਜਵਾ, ਮੇਰੇ ਕੁੰਜਰ ਤ੍ਰਿਪਤ ਬਾਜਵਾ ਉਹਨਾਂ ਦੇ ਪਾਰੋਵਾਲ, ਅਸੀਂ ਦੋਨੋਂ ਹੀ ਅਜੇ ਸਾਡੇ ਪਾਣੀ ਸਾਫ਼ ਆ ਅਤੇ ਪਾਣੀ ਹਰ ਘਰ 'ਚ ਨਲਕਾ ਲੱਗਾ। ਅਸੀਂ ਦੋਨਾਂ ਨੇ 250-250 ਕਰੋੜ ਦੇ ਆਪਣੇ ਏਰੀਏ 'ਚ ਉਹ ਪ੍ਰੋਜੈਕਟ ਲਵਾਤੇ ਪਾਣੀ ਦੇ, ਨਹਿਰੀ ਪਾਣੀ ਲੋਕਾਂ ਨੂੰ ਮੁਹੱਈਆ ਕਰਾਉਣ ਲਈ। ਅਤੇ ਕੀ ਗੱਲ, ਇੱਥੋਂ ਦਾ 15 ਸਾਲ MLA ਰਿਹਾ ਹੋਵੇ ਅਤੇ ਉਹਨੂੰ ਥਾਰ ਏਰੀਏ 'ਚ ਪਾਣੀ ਦੀ ਇੱਕ ਵਾਰੀ ਉਹਨੇ ਗੱਲ ਨਾ ਕੀਤੀ ਹੋਵੇ ਤੇ ਉਹ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।